ਚੜ੍ਹਦੇ ਪੰਜਾਬ ਤੋਂ ਲਹਿੰਦੇ ਪੰਜਾਬ ਤੱਕ ਅੰਤਰਰਾਸ਼ਟਰੀ ਨਗਰ ਕੀਰਤਨ ਸ਼੍ਰੀ ਮੁਕਤਸਰ ਸਾਹਿਬ ਤੋਂ ਸ਼੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਲਈ ਡੇਰਾ ਬਾਬਾ ਨਾਨਕ ਕੋਰੀਡੋਰ ਰਾਹੀਂ ਹੋਇਆ ਰਵਾਨਾ। ਮਨੁੱਖਤਾ ਦੀ ਚੜ੍ਹਦੀ ਕਲਾ ਵਾਸਤੇ ਨਿਰੋਲ ਸੇਵਾ ਸੰਸਥਾ ਗੁਰਦੁਆਰਾ ਗੁਪਤਸਰ ਸ੍ਰੀ ਮੁਕਤਸਰ ਸਾਹਿਬ ਵੱਲੋਂ 14ਵਾਂ ਮਹਾਨ ਨਗਰ ਕੀਰਤਨ 1 ਮਾਰਚ ਤੋਂ 6 ਮਾਰਚ ਤੱਕ ਸ੍ਰੀ ਮੁਕਤਸਰ ਸਾਹਿਬ ਤੋਂ ਸ਼੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਵਾਸਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰਛਾਇਆ ਹੇਠ ਫੁੱਲਾਂ ਨਾਲ ਸ਼ਿੰਗਾਰੀ ਸੁੰਦਰ ਪਾਲਕੀ ਸਾਹਿਬ ਅਤੇ 5 ਪਿਆਰਾਂ ਦੀ ਅਗਵਾਈ ਵਿੱਚ ਕਰਤਾਰਪੁਰ ਕੋਰੀਡੋਰ ਡੇਰਾ ਬਾਬਾ ਨਾਨਕ ਰਾਹੀਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਾਸਤੇ ਰਵਾਨਾ ਹੋਇਆ। ਜ਼ਿਕਰਯੋਗ ਹੈ ਕਿ ਨਗਰ ਕੀਰਤਨ ਦੇ ਸਵਾਗਤ ਵਾਸਤੇ ਪਾਕਿਸਤਾਨ ਦੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਤੋਂ ਜਥਾ 0 ਲਾਈਨ ਡੇਰਾ ਬਾਬਾ ਨਾਨਕ 'ਤੇ ਪਹੁੰਚਿਆ ਸੀ ਅਤੇ ਪਾਲਕੀ ਸਾਹਿਬ ਸ੍ਰੀ ਗੁਰਦੁਆਰਾ ਕਰਤਾਰਪੁਰ ਸਾਹਿਬ ਤੋਂ ਸਜਾ ਕੇ ਲਿਆਉਣੀ ਹੈ, ਜਿਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਸਰੂਪ ਸੁਸ਼ੋਭਿਤ ਕੀਤੇ ਜਾਣਗੇ। 520 ਸ਼ਰਧਾਲੂਆਂ ਦਾ ਜਥਾ ਸ੍ਰੀ ਕਰਤਾਰਪੁਰ ਸਾਹਿਬ ਜਾ ਕੇ ਨਤਮਸਤਕ ਹੋਵੇਗਾ। ਜ਼ਿਕਰਯੋਗ ਹੈ ਕਿ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨਗਰ ਕੀਰਤਨ ਦੇ ਸਵਾਗਤ ਦੀਆਂ ਪੂਰੀਆਂ ਤਿਆਰੀਆਂ ਕੀਤੀਆਂ ਹੋਈਆਂ ਹਨ। ਸ਼ਾਮ 4 ਵਜੇ ਦੇ ਕਰੀਬ ਨਗਰ ਕੀਰਤਨ ਦੀ ਡੇਰਾ ਬਾਬਾ ਨਾਨਕ ਕੋਰੀਡੋਰ ਤੋਂ ਵਾਪਸੀ ਹੋਵੇਗੀ। ਜ਼ਿਕਰਯੋਗ ਹੈ ਕਿ ਨਗਰ ਕੀਰਤਨ ਆਪਣੇ ਆਪ ਵਿੱਚ ਇੱਕ ਵਿਲੱਖਣ ਪਹਿਚਾਣ ਰੱਖੇਗਾ, ਕਿਉਂਕਿ ਨਗਰ ਕੀਰਤਨ ਵਿੱਚ ਵੱਡੀਆਂ ਵੱਡੀਆਂ ਗੱਡੀਆਂ ਉੱਪਰ ਵੱਡੇ ਵੱਡੇ ਗੁਰਧਾਮਾਂ ਦੇ ਮਾਡਲ ਸੁਸ਼ੋਭਿਤ ਕੀਤੇ ਹੋਏ ਹਨ, ਜੋ ਕਿ ਸੰਗਤਾਂ ਦੀ ਖਿੱਚ ਦਾ ਕੇਂਦਰ ਬਣੇ ਹੋਏ ਹਨ। ਇਹਨਾਂ ਮਾਡਲਾਂ ਵਿੱਚ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ, ਸ੍ਰੀ ਨਨਕਾਣਾ ਸਾਹਿਬ, ਪਾਕਿਸਤਾਨ, ਸ੍ਰੀ ਕਰਤਾਰਪੁਰ ਸਾਹਿਬ ਅਤੇ ਹੋਰ ਸਿੰਘ ਸਿੰਘਣੀਆਂ, ਸ਼ਹੀਦ ਬਾਬਾ ਦੀਪ ਸਿੰਘ, ਬਾਬਾ ਬੰਦਾ ਸਿੰਘ ਬਹਾਦਰ ਜੋਤ ਦੇ ਸਿੰਘਾਂ ਦੇ ਮਾਡਲ ਸੁਸ਼ੋਭਿਤ ਹਨ। ਸੇਵਾ ਸੰਸਥਾ ਦੇ ਵੱਲੋਂ ਜੋ ਇਹ ਮਹਾਨ ਨਗਰ ਕੀਰਤਨ 14ਵਾਂ ਮਹਾਨ ਨਗਰ ਕੀਰਤਨ ਦਾ ਉਪਰਾਲਾ ਕੀਤਾ ਗਿਆ, ਇਹ 14ਵਾਂ ਮਹਾਨ ਨਗਰ ਕੀਰਤਨ ਹੈ ਜੋ ਗੁਰਦੁਆਰਾ ਗੁਪਤਸਰ ਸਾਹਿਬ ਸ੍ਰੀ ਮੁਕਤਸਰ ਸਾਹਿਬ ਤੋਂ ਜਿਸ ਦੀ ਆਰੰਭਤਾ ਹੋਈ ਸੀ 1 ਮਾਰਚ ਨੂੰ, ਅਤੇ ਪੜਾਅ ਦਰ ਪੜਾਅ ਹੁੰਦਾ ਆ। ਰਾਤ ਡੇਰਾ ਬਾਬਾ ਨਾਨਕ ਵਿੱਚ ਵਿਸ਼ਰਾਮ ਸੀ, ਅਤੇ ਹੁਣ ਦੀ ਜਿਹੜੀ ਰਵਾਨਗੀ ਹੈ ਸ੍ਰੀ ਕਰਤਾਰਪੁਰ ਸਾਹਿਬ ਨਾਰੋਵਾਲ ਪਾਕਿਸਤਾਨ ਜਾ ਕੇ ਜਿਹੜੀ ਨਗਰ ਕੀਰਤਨ ਦੀ ਜਿਹੜੀ ਸੰਪੂਰਨਤਾ ਹੋਣੀ ਹੈ। ਅਤੇ ਇਸ ਨਗਰ ਕੀਰਤਨ ਦੇ ਵਿੱਚ ਦੇਖਿਆ ਨਾ ਤੁਸੀਂ, ਪਿੱਛੇ ਬਹੁਤ ਵੱਡੇ ਵੱਡੇ ਗੁਰੂ ਘਰਾਂ ਦੇ ਮਾਡਲ ਜੋ ਪਾਕਿਸਤਾਨ ਦੇ ਵਿੱਚ ਰਹਿ ਗਏ, ਨਨਕਾਣਾ ਸਾਹਿਬ, ਸਿਰਪੰਜਾ ਸਾਹਿਬ ਅਤੇ ਕਰਤਾਰਪੁਰ ਸਾਹਿਬ, ਨਾਲ ਹੀ ਉਹਨਾਂ ਦਾ ਕੀ ਇਤਿਹਾਸ ਸੀਗਾ, ਉਹ ਇਤਿਹਾਸ ਵੀ ਨਾਲ ਦੀ ਨਾਲ ਚੱਲ ਰਿਹਾ। ਤਾਂ ਇਹ ਜਿਹੜਾ ਨਗਰ ਕੀਰਤਨ ਦਾ ਮਕਸਦ ਹੈ, ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਉਹਨਾਂ ਨੇ ਆਪਣੇ ਅੰਤਲੇ 18 ਵਰੇ ਇਸ ਮਹਾਨ ਪਵਿੱਤਰ ਸਥਾਨ 'ਤੇ ਬਿਤਾਏ, ਉੱਥੇ ਸਾਨੂੰ ਕਿਰਤ ਕਰੋ, ਨਾਮ ਜਪੋ ਅਤੇ ਵੰਡ ਸਕੋ ਦਾ ਜਿਹੜਾ ਸੰਦੇਸ਼ ਦਿੱਤਾ। ਅੱਜ ਗੁਰੂ ਸਾਹਿਬ ਦੇ ਉਹਨਾਂ ਸਿਧਾਂਤਾਂ ਨੂੰ ਜ਼ਿੰਦਗੀ ਵਿੱਚ ਅਮਲੀ ਰੂਪ 'ਤੇ ਅਪਣਾਉਣ ਦੀ ਬੜੀ ਲੋੜ ਹੈ। ਬੜੀਆਂ ਬੁਰਾਈਆਂ ਅਤੇ ਬੜੇ ਜਿਹੜੇ ਉਹ ਜਿਹੜਾ ਸਮਾਜ ਦੇ ਵਿੱਚ ਭੈੜੀਆਂ ਤਰੀਕੀਆਂ ਜਨਮ ਲੈ ਚੁੱਕੀਆਂ, ਅਤੇ ਇਸ ਤੋਂ ਜੇ ਛੁਟਕਾਰਾ ਹੋਣਾ ਤਾਂ ਆਪਾਂ ਨੂੰ ਸਤਿਗੁਰੂ ਮਹਾਰਾਜ ਜੀ ਦੇ ਉਹਨਾਂ ਸਿਧਾਂਤਾਂ ਨੂੰ ਅਪਣਾਉਣਾ ਪੈਣਾ। ਇਸ ਚੀਜ਼ ਦੇ ਪ੍ਰਚਾਰ ਵਾਸਤੇ ਨਗਰ ਜੋ ਆਪਣਾ ਨਿਰੋਲ ਸੇਵਾ ਸੰਸਥਾ ਦੇ ਵੱਲੋਂ ਇਹ ਨਗਰ ਕੀਰਤਨ ਦਾ ਉਪਰਾਲਾ ਕੀਤਾ ਗਿਆ। ਆਓ, ਸਤਿਗੁਰਾਂ ਨੇ ਜੋ ਆਪਾਂ ਨੂੰ ਮਹਾਨ ਰੱਸਾ ਦੱਸਿਆ ਉਹਦੇ ਉੱਤੇ ਚੱਲ ਕੇ ਗੁਰੂਆਂ ਪੀਰਾਂ ਦੀ ਪਵਿੱਤਰ ਧਰਤੀ ਨੂੰ ਇਹਨਾਂ ਬੁਰਾਈਆਂ ਤੋਂ ਮੁਕਤ ਕਰੀਏ ਤੇ ਆਪਣਾ ਜੀਵਨ ਖੁਸ਼ਹਾਲ ਕਰੀਏ। ਹੁਣ ਇਹ ਦੱਸੋ ਵੀ ਜਿਹੜੀ ਪ੍ਰਕਿਰਿਆ ਵਾ, ਤੁਹਾਨੂੰ ਆਰਾਮ ਨਾਲ ਸਾਰਿਆਂ ਨੂੰ ਮਿਲ ਗਿਆ, ਪਰਮਿਸ਼ਨ ਮਿਲ ਗਈ ਹੈ ਜਾਂ ਕੋਈ ਦਿੱਕਤ ਆਈ? ਬਿਲਕੁਲ ਬਿਲਕੁਲ, ਮੈਂ ਹੁਣੇ ਆਪਣੇ ਜੋ ਹਿੰਦੁਸਤਾਨ ਦੇ ਜੋ ਸਾਰੇ ਉਹਨਾਂ ਅਧਿਕਾਰੀ ਹੈ ਉਹਨਾਂ ਨੂੰ ਮਿਲ ਕੇ ਆਇਆ। ਬਹੁਤ ਹੀ ਸਹਿਯੋਗ ਅਤੇ ਬੜੇ ਉਹ ਸਾਡਾ ਸਹਿਯੋਗ ਕਰਦੇ ਆ, ਹਰੇਕ ਕੰਮ ਦੇ ਵਿੱਚ ਉਹ ਸਾਡਾ ਸਹਿਯੋਗ ਦਿੰਦੇ। ਤੁਸੀਂ ਇਹ ਦੱਸੋ ਵੀ ਮਹਾਰਾਜ ਜਿਹੜੇ ਗੱਡੀਆਂ ਵੀ ਅੰਦਰ ਜਾਣ ਦੇਣਗੀਆਂ ਜਾਂ ਮਹਾਰਾਜ ਸਰੂਪ ਹੀ ਤੁਸੀਂ ਪਰਮਿਸ਼ਨ ਲਈ ਹੈ? ਜਿਸ ਤਰ੍ਹਾਂ ਦਾ ਜੋ ਇਹਨਾਂ ਦਾ ਜੋ ਪ੍ਰੋਸੈਸ ਹੈ, ਇਹ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਅਤੇ 5 ਪਿਆਰੇ ਨਿਸ਼ਾਨਚੀ ਸਿੰਘ ਅਤੇ ਗੁਰੂ ਕੀ ਸੰਗਤ ਉਹ ਜਿਹੜਾ ਬਾਰਡਰ ਕ੍ਰੋਸ ਕਰਨਗੇ, ਅਤੇ ਜਿਹੜੇ ਬਾਕੀ ਸਾਧਨ ਹੈ ਪਾਲਕੀ ਸਾਹਿਬ ਜਾਂ 5 ਪਿਆਰੇ ਨਿਸ਼ਾਨਚੀ ਸਿੰਘ ਵਾਲੀ ਗੱਡੀ ਜਾਂ ਆਪਣਾ ਹੋਰ ਜਿੰਨੇ ਵੀ ਸਾਧਨ ਹੈ ਉਹ ਪਾਕਿਸਤਾਨ ਦੀ ਜਿਹੜੀ ਉਹ ਸਿੱਖ ਸੰਗਤ ਹੈ ਜਾਂ ਪ੍ਰਬੰਧਕ ਕਮੇਟੀ ਹੈ ਉਹ ਉੱਥੇ 0 ਲਾਈਨ 'ਤੇ ਲੈ ਕੇ ਖੜੇ ਨੇ। ਤੇ ਅੱਗੋਂ ਤੁਸੀਂ ਵਾਪਸ ਆ ਜਾਓਗੇ ਸ਼ਾਮ ਨੂੰ ਜਾਂ ਫਿਰ ਅੱਗੋਂ ਨਨਕਾਣਾ ਸਾਹਿਬ ਇੱਥੋਂ ਅੰਦਰੋਂ ਹੀ ਜਾਓਗੇ?
ਬਿਲਕੁਲ ਬਿਲਕੁਲ ਜੀ, ਆਪਣਾ ਨਗਰ ਕੀਰਤਨ ਦੀ ਸੰਪੂਰਨਤਾ ਤੋਂ ਬਾਅਦ ਦਰਸ਼ਨਦਾਰ ਕਰਦੀ ਹੋਈ ਸੰਗਤ ਜਿਹੜੀ ਸ਼ਾਮ ਨੂੰ ਵਾਪਸ ਆਏਗੀ ਫਿਰ ਦੂਸਰੇ ਰਸਤੇ ਜਾਏਗੀ। ਹਾਂਜੀ ਹਾਂਜੀ ਠੀਕ ਹੈ।